ਕੀਤੀਆਂ ਨੇ। ਅਸੀਂ ਉਹਨਾਂ ਨੂੰ ਕਿਹਾ ਵੀ ਕਿ ਜੇ ਕੋਈ ਕਮੀ ਹੈਗੀ ਆ ਸਾਨੂੰ ਦੱਸੋ, ਅਸੀਂ ਦੂਰ ਕਰ ਲੈਂਦੇ ਹਾਂ। ਪਰ ਇੱਕ ਜਿਹੜਾ ਪੰਜਾਬ ਦੇ ਨਾਲ ਵਿਤਕਰਾ ਹੁੰਦਾ ਆ, ਹਾਲਾਂਕਿ ਕੁਰਬਾਨੀਆਂ ਵੇਲੇ 90% ਕੁਰਬਾਨੀਆਂ ਪੰਜਾਬੀਆਂ ਦੀਆਂ ਹੁੰਦੀਆਂ ਨੇ, ਔਰ ਜਿੰਨੀਆਂ ਤੁਸੀਂ ਚਾਹੇ ਫੌਜ ਦੇ ਵਿੱਚ ਭਰਤੀਆਂ ਲਾ ਲਓ, ਸਾਰੇ ਸਾਡੇ ਪੰਜਾਬ ਦੇ ਨੌਜਵਾਨ ਜਾਂਦੇ ਆ, ਅਤੇ ਜਿੰਨਿਆਂ ਦੀਆਂ ਕੁਰਬਾਨੀਆਂ ਦਾ ਕੋਈ ਮੁੱਲ ਹੈ ਨਹੀਂ। ਸੋ ਅੱਜ ਇਹ ਝਾਕੀਆਂ ਸ਼ਾਇਦ ਜੇ 26 ਜਨਵਰੀ ਦੀ ਪਰੇਡ ਦੇ ਵਿੱਚ ਉੱਥੇ ਇਹਨਾਂ ਨੂੰ ਸ਼ਾਮਿਲ ਕਰ ਲਿਆ ਜਾਂਦਾ ਅਤੇ ਪੰਜਾਬ ਦੇ ਲੋਕ ਉਹਨਾਂ ਦਾ ਧੰਨਵਾਦ ਕਰਦੇ। ਦੇਖੋ, ਅਸੀਂ ਇਹਦੇ ਪਿੱਛੇ ਵੀ, ਕਿਉਂਕਿ ਕੇਂਦਰ ਸਰਕਾਰ ਨੇ ਜਿਹੜਾ ਪੰਜਾਬ ਦੇ ਲੋਕਾਂ ਨਾਲ ਧੱਕਾ ਕੀਤਾ, ਪੰਜਾਬ ਦਾ ਜਿਹੜਾ ਵਿਰਸਾ, ਮਹਾਨ ਵਿਰਸਾ, ਪੰਜਾਬ ਦਾ ਇਤਿਹਾਸ ਮਹਾਨ ਆ, ਪੰਜਾਬ ਦਾ ਜਿਹੜਾ ਕੁਰਬਾਨੀਆਂ ਦੇ ਨਾਲ ਭਰਿਆ ਹੋਇਆ ਪੰਜਾਬ ਦਾ ਇਤਿਹਾਸ ਹੈ। ਸੋ ਕੇਂਦਰ ਦੇ ਸਰਕਾਰ ਨੇ ਜੋ ਪਿਛਲੇ ਦਿਨ 26 ਜਨਵਰੀ ਦੇ ਵਿੱਚ, ਕਿਉਂਕਿ ਸਾਡੇ ਮਾਣਯੋਗ CM ਸਾਹਿਬ ਨੇ, ਸਰਦਾਰ ਭਗਵੰਤ ਸਿੰਘ ਮਾਨ ਜੀ, ਉਹਨਾਂ ਨੇ ਇੱਕ ਪਹਿਲਕਦਮੀ ਕੀਤੀ ਸੀ ਕਿ ਪੰਜਾਬ ਦੇ ਵਿਰਸੇ ਨੂੰ ਸਾਡੇ ਤਿੰਨੋਂ ਪੱਖ ਨੇ, ਸਾਡਾ ਇਤਿਹਾਸ, ਸਾਡਾ ਸਿੱਖ ਇਤਿਹਾਸ, ਸਾਡੇ ਦੇਸ਼ ਦੇ ਲਈ ਕੀਤੀਆਂ ਹੋਈਆਂ ਪੰਜਾਬ ਦੀਆਂ ਕੁਰਬਾਨੀਆਂ ਨੇ, ਅਤੇ ਪੰਜਾਬ ਦਾ ਜਿਹੜਾ ਵਿਰਸਾ, ਸਾਡਾ ਕਲਚਰ ਆ, ਸਾਡਾ ਸੱਭਿਆਚਾਰ ਆ। ਸੋ ਉਹਨਾਂ ਨੂੰ 26 ਜਨਵਰੀ ਦੀ ਪਰੇਡ ਦੇ ਵਿੱਚ ਜਿਹੜਾ ਉੱਥੇ ਦਿਖਾਉਣ ਦੇ ਲਈ ਅਸੀਂ ਇੱਕ ਜਿਹੜੀ ਪਹਿਲਕਦਮੀ ਕੀਤੀ ਸੀ, ਪਰ ਕੇਂਦਰ ਦਾ ਜਿਹੜਾ ਪੰਜਾਬ ਦੇ ਨਾਲ ਜਿਹੜਾ ਇੱਕ ਮਤਰੇਈ ਮਾਂ ਵਾਲਾ ਜਿਹੜਾ ਵਿਤਕਰਾ ਜਿਹੜਾ ਹੁੰਦਾ, ਸੋ ਉਹ ਜਿਹੜੀ ਉਹਨਾਂ ਦੀ ਸੌੜੀ ਸੋਚ ਆ ਉਹ ਦਿਖਾਈ ਦਿੱਤੀ ਹੈ, ਅਤੇ ਜਿਹਦੇ ਕਰਕੇ ਉਹਨਾਂ ਨੇ ਇਹਨਾਂ ਨੂੰ ਰਿਜੈਕਟ ਕਰਤਾ। ਕੋਈ ਗੱਲ ਨਹੀਂ, ਉਹਨਾਂ ਦੇ ਰਿਜੈਕਟ ਕਰਨ ਨਾਲ ਪੰਜਾਬ ਦੇ ਲੋਕਾਂ ਦੀਆਂ ਕੀਤੀਆਂ ਹੋਈਆਂ ਕੁਰਬਾਨੀਆਂ ਜਾਂ ਪੰਜਾਬ ਦਾ ਜਿਹੜਾ ਵਿਰਸਾ ਉਹ ਛੋਟਾ ਨਹੀਂ ਹੋਣ ਲੱਗਿਆ। ਸੋ ਪੰਜਾਬ ਦੇ ਲੋਕ ਵੱਡੇ ਦਿਲ ਵਾਲੇ ਨੇ, ਅਤੇ ਅੱਜ ਇਸੇ ਕਰਕੇ ਅਸੀਂ ਉਹਨਾਂ ਨੇ ਰਿਜੈਕਟ ਕਰਤਾ ਪੰਜਾਬ ਦਾ ਸਾਡਾ ਵਿਰਸਾ। ਅਸੀਂ ਸਾਰੇ ਪੰਜਾਬ ਦੇ ਵਿੱਚ ਸਾਰੇ ਪੰਜਾਬੀ ਹੋਣ 'ਤੇ ਸਾਨੂੰ ਮਾਣ ਆ, ਅਤੇ ਅੱਜ ਪੰਜਾਬੀ ਨੇ ਜਿਹੜਾ ਉਹ ਸਵਾਗਤ ਕਰਨ ਦੇ ਲਈ ਸਾਰੇ ਜਗ੍ਹਾ ਜਗ੍ਹਾ ਦੇ ਉੱਤੇ ਇਕੱਤਰ ਹੋ ਰਹੇ ਨੇ, ਅਤੇ ਅੱਜ ਬਹੁਤ ਵੱਡੇ ਲੈਵਲ 'ਤੇ ਮੈਂ ਕਹੂੰਗੀ ਕਿ ਪੰਜਾਬ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਜਿਹੜੀ ਨਿਰਾਸ਼ਾ ਜਿਹੜੀ ਕੇਂਦਰ ਦੇ ਪ੍ਰਤੀ ਆ, ਔਰ ਜੋ ਸਾਡੇ ਸੱਭਿਆਚਾਰ ਨੂੰ, ਸਾਡੇ ਵਿਰਸੇ ਨੂੰ ਜੋ ਉਹਨਾਂ ਨੇ ਰਿਜੈਕਟ ਕਰਕੇ ਭੇਜਿਆ, ਅੱਜ ਉਹਦੇ ਲਈ ਖੁੱਲ੍ਹੇ ਦਿਲਾਂ ਦੇ ਨਾਲ ਸਵਾਗਤ ਆ ਜਿਹੜਾ। ਜੇ ਅਸੀਂ ਗੱਲ ਕਰੀਏ, BJP ਕਹਿੰਦੀ ਸੀ ਵੀ ਇਹਨਾਂ ਦੇ ਉੱਪਰ ਫੋਟੋਆਂ ਲਾਈ ਗਈਆਂ ਨੇ ਭਗਵੰਤ ਸਿੰਘ ਮਾਨ ਜੀ ਦੇ ਜਾਂ ਕੇਜਰੀਵਾਲ ਜੀ ਦੀਆਂ, ਉਹ ਕਿਤੇ ਨਜ਼ਰ ਨਹੀਂ ਉਹਦੇ ਬਾਰੇ ਕਿਵੇਂ? ਉਹ ਤਾਂ ਪਹਿਲੇ ਦਿਨੋਂ ਹੀ ਕਲੀਅਰ ਹੋ ਗਿਆ ਸੀਗਾ, ਸਾਰਾ ਡਿਪਾਰਟਮੈਂਟ ਨੇ ਜਿਹੜਾ ਕਲੀਅਰ ਕਰ ਦਿੱਤਾ ਸੀਗਾ ਕਿ ਕਿਤੇ ਵੀ ਜਿਹੜੀ ਫੋਟੋ ਨਹੀਂ। ਔਰ ਬਾਕੀ ਇਹਦੇ ਵਿੱਚ ਕਿੰਨੀਆਂ ਕੁ ਕਮੀਆਂ ਨੇ, ਅੱਜ ਪੂਰੇ ਪੰਜਾਬ ਦੇ ਵਿੱਚ ਜਿਹੜੀਆਂ ਝਾਕੀਆਂ ਨੇ ਜਾਣਾ, ਅਤੇ ਪੰਜਾਬ ਦੇ ਲੋਕ ਦੱਸਣਗੇ ਕਿ ਇਹਦੇ 'ਚ ਕਿੱਥੇ ਕਮੀ ਹੈ, ਅਤੇ ਪੰਜਾਬ ਦੇ ਲੋਕ ਜਿਹੜਾ ਇਹਦਾ ਸਵਾਗਤ ਕਰ ਰਹੇ ਨੇ। ਤੁਹਾਨੂੰ ਆਪਣੇ ਆਪ ਜਿਹੜਾ ਮੀਡੀਆ ਜਿਹੜਾ ਅੰਦਾਜ਼ਾ ਹੋ ਜਾਣਾ ਕਿ ਪੰਜਾਬ ਦੇ ਲੋਕ ਜਿੰਨਾ ਕੇਂਦਰ ਸਾਨੂੰ ਠੁਕਰਾਊਗੀ, ਜਿੰਨਾ ਸਾਡੇ ਨਾਲ ਧੱਕਾ ਕਰੂਗੀ, ਅਤੇ ਪੰਜਾਬ ਦੇ ਲੋਕ ਉਨਾ ਹੀ ਜਿਹੜਾ ਵੱਧ ਕੇ ਜਿਹੜਾ ਇਸ ਚੀਜ਼ ਦਾ ਜਿਹੜਾ ਉਹ ਕਰਦੇ। ਜਿਹੜੀ ਆਈ ਹੈ ਜੀ, ਤੁਹਾਨੂੰ ਝਲਕੀ ਲੱਗੀ, ਤੁਹਾਨੂੰ ਕਿੰਨਾ ਕੁ ਮਾਣ ਮਹਿਸੂਸ? ਦੇਖੋ, ਸਾਨੂੰ ਮਾਣ ਹੈ ਕਿ ਅਸੀਂ ਪੰਜਾਬੀ ਹਾਂ, ਸੋ ਸਾਨੂੰ ਪੰਜਾਬੀ ਹੋਣ 'ਤੇ ਮਾਣ ਹੈ, ਅਤੇ ਸਾਡਾ ਵਿਰਸਾ ਹੈ। ਔਰ ਅੱਜ ਭਵਾਨੀਗੜ੍ਹ ਦੇ ਵਿੱਚ ਜਿਹੜੀਆਂ ਝਾਕੀਆਂ ਦਾ ਅਸੀਂ ਸਾਡੇ ਸਾਰੇ ਪ੍ਰਸ਼ਾਸਨ ਦੇ ਨਾਲ, ਮਾਣਯੋਗ DC ਸਾਹਿਬ ਅਤੇ ਸਾਡੇ SDM ਸਾਹਿਬ, ਸਾਰਾ ਸਮੁੱਚਾ ਪ੍ਰਸ਼ਾਸਨ ਅਤੇ ਸਾਰੇ ਮੇਰੇ ਪਾਰਟੀ ਦੇ ਅਹੁਦੇਦਾਰ ਸਾਹਿਬਾਨ, ਸਾਰੇ ਅਸੀਂ ਇੱਥੇ ਸਵਾਗਤ ਕਰਨ ਦੇ ਲਈ ਖੜ੍ਹੇ ਹਾਂ। ਔਰ ਇਸ ਤੋਂ ਬਾਅਦ ਜਿਹੜੀ ਝਾਕੀਆਂ ਨੇ ਘਰਾਚੋਂ ਹੋ ਕੇ ਜਾਣਾ, ਫਿਰ ਕੱਲ੍ਹ ਸੁਨਾਮ ਲਹਿਰਾ ਛਾਜਲੀ ਜਿਹੜਾ ਜਾਣਾ, ਉਸ ਤੋਂ ਬਾਅਦ ਪਰਸੋਂ ਫਿਰ ਸੰਗਰੂਰ ਦੇ ਵਿੱਚ ਜਿਹੜਾ ਝਾਕੀਆਂ ਨੂੰ ਜਿਹੜਾ ਦਿਖਾਇਆ ਜਾਣਾ ਪਬਲਿਕ ਦੇ ਵਿੱਚ ਜਾਣਾ। ਸੋ ਇਸ ਤਰੀਕੇ ਨਾਲ 3 ਦਿਨਾਂ ਦੇ ਵਿੱਚ ਮੈਂ ਕਹਿ ਸਕਦੀ ਕਿ ਸਾਰੇ ਜ਼ਿਲ੍ਹੇ ਦੇ ਵਿੱਚ ਜਿਹੜੀਆਂ ਝਾਕੀਆਂ ਨੇ ਜਿਹੜਾ ਇਹਨਾਂ ਨੇ ਪਹੁੰਚਣਾ। ਜਿਸ ਤਰੀਕੇ ਪੰਜਾਬ ਦੇ CM ਦੀ ਗੱਲ ਕਰੀਏ ਤਾਂ ਉਹ ਲਗਾਤਾਰ ਇਤਿਹਾਸ ਨੂੰ ਉਜਾਗਰ ਕਰ ਰਹੇ ਨੇ, ਤਾਂ ਲੱਗਦਾ ਨਹੀਂ ਇਹਨਾਂ ਝਾਕੀਆਂ ਦੀ ਸ਼ੁਰੂਆਤ ਹੋਈ ਹੈ, ਹੁਣ ਤਾਂ ਆਉਣ ਵਾਲੇ ਟਾਈਮ 'ਚ ਹੋਰ ਵੀ ਪੰਜਾਬ ਦੇ ਇਤਿਹਾਸ ਨੂੰ ਪ੍ਰਫੁੱਲਿਤ ਕੀਤਾ ਜਾਊਗਾ? ਅਸੀਂ ਤਾਂ ਜਿਹੜੀਆਂ ਚੀਜ਼ਾਂ ਨਹੀਂ ਹੋਈਆਂ ਉਹਨਾਂ ਚੀਜ਼ਾਂ ਨੂੰ ਕਰਨ ਲੱਗੇ ਹੋਏ ਹਾਂ। ਸੋ ਪੰਜਾਬ ਮੋਹਰੀ ਸੀਗਾ, ਪੰਜਾਬ ਜਿਵੇਂ ਕਹਿੰਦੇ ਨੇ ਕਿ ਮੁੰਦਰੀ ਦੇ ਵਿੱਚ ਇੱਕ ਨਗ, ਸੋ ਉਸ ਨਗ ਦੀ ਜਿਹੜੀ ਚਮਕ ਜਿਹੜੀ ਫਿੱਕੀ ਪੈ ਗਈ ਸੀਗੀ, ਉਸ ਚਮਕ
ਚਮਕ ਨੂੰ ਜਿਹੜਾ ਅਸੀਂ ਜਿਹੜਾ ਚਮਕਾਉਣ ਲੱਗੇ ਹੋਏ ਹਾਂ, ਉਹਦੀ ਚਮਕ ਹੋਰ ਵਧਾਉਣ ਲੱਗੇ ਹੋਏ ਹਾਂ ਜਿਹੜੀ ਫਿੱਕੀ ਪੈ ਗਈ ਸੀ। ਸੋ ਉਸ ਦੇ ਉੱਤੇ ਕੰਮ ਕਰ ਰਹੇ ਹਾਂ ਔਰ ਇਹੋ ਜਿਹੇ ਲੀਡਰ ਜਿਹੜੇ ਕਿ ਖੁਦ ਸਾਡੇ ਮਾਣਯੋਗ ਸੀ ਐੱਮ ਸਾਹਿਬ ਜਿਹੜੇ ਸਿੱਖ ਜਿਹੜੀਆਂ ਕੁਰਬਾਨੀਆਂ ਦੀ ਜਿਹੜਾ ਜ਼ਿਕਰ ਕਰਦੇ ਆ ਔਰ ਭਗਤ ਸਿੰਘ ਉਹਨਾਂ ਦੇ ਕਦਮਾਂ 'ਤੇ ਚੱਲਣ ਦੀ ਕੋਸ਼ਿਸ਼ ਜਿਹੜੀ ਸਾਡੀ ਸਰਕਾਰ ਜਿਹੜੀ ਕਰ ਰਹੀ ਹੈ। ਸੋ ਪੰਜਾਬ ਦੇ ਲੋਕਾਂ ਨੂੰ, ਜਿਨ੍ਹਾਂ ਨੂੰ ਪੰਜਾਬ ਜਿਹੜਾ ਪਿੱਛੇ ਜਿਹੜੀਆਂ ਸਰਕਾਰਾਂ ਦੀ ਬਦੌਲਤ ਧੱਕਿਆ ਗਿਆ ਸੀਗਾ, ਅੱਜ ਪੰਜਾਬ ਨੂੰ ਦੁਬਾਰਾ ਮੁੜ ਜਿਹੜਾ ਰੰਗਲਾ ਪੰਜਾਬ ਹੈ, ਇਹਨੂੰ ਬਦਲਾਵ ਦੇਖੋ, ਇਹ ਬਦਲਾਵ ਹੀ ਹੈ ਕਿ ਇਹ ਝਾਕੀਆਂ ਨੇ ਜਿਹੜੀਆਂ ਅੱਜ ਤੁਸੀਂ ਦੇਖੋ ਕੇਂਦਰ ਨੇ ਰਿਜੈਕਟ ਕਰਤੀਆਂ ਸੀ। ਅਸੀਂ ਦੋ ਸ਼ਬਦ ਬੋਲ ਕੇ ਕੇਂਦਰ ਦੇ ਖਿਲਾਫ਼ ਬੀਜੇਪੀ ਸਰਕਾਰ ਦੇ ਖਿਲਾਫ਼ ਅਸੀਂ ਚੁੱਪ ਕਰਕੇ ਬੈਠ ਸਕਦੇ ਸੀਗੇ, ਪਰ ਨਹੀਂ, ਇਹ ਸੋਚ ਹੈ ਮਾਨ ਸਾਹਿਬ ਦੀ ਕਿ ਉਹ ਝਾਕੀਆਂ ਜਿਹੜੀਆਂ ਕਿ ਉੱਥੇ ਅੱਜ ਪੂਰੇ ਦੁਨੀਆ ਦੇ ਵਿੱਚ ਜਿਹੜੀਆਂ ਦੇਖੀਆਂ ਜਾਣੀਆਂ ਸੀਗੀਆਂ, ਜੋ ਪੰਜਾਬ ਨੇ ਜੋ ਕੀਤਾ ਉਹਨੂੰ ਦਰਸਾਉਣ ਦੇ ਲਈ ਉਹਨਾਂ ਨੇ ਰਿਜੈਕਟ ਕਰੀਆਂ, ਅਤੇ ਅੱਜ ਅਸੀਂ ਉਹਨਾਂ ਦਾ ਜਲੂਸ ਆ ਜਿਹੜਾ ਉਹ ਆਪਣੇ ਆਪ ਹੀ ਨਿਕਲ ਰਿਹਾ ਅਤੇ ਪੰਜਾਬ ਦਾ ਵਿਰਸਾ 'ਚ ਪੰਜਾਬ ਦੇ ਲੋਕ ਨੂੰ ਸਵਾਗਤ ਕਰ ਰਿਹਾ।